जलंधर तो एक शर्मनाक मामला सामने आया जिथे एक पत्थर दिली नशेड़ी पुत ने अपने रिटायर फौजी प्यो अते मां नूं कुट कुट घरों कढ दिता, जिस तों बाद मापे फुटपाथ ते सौण लई मजबूर हो गए, जिथे पहुंची पीसीआर की टीम ने उन्हां दी सार लई। ਕੀ ਗੱਲ ਹੋਈ ਸੀਗੀ ਜੀ? ਝਗੜਾ ਕਰਦਾ ਰੋਜ਼ ਹੀ ਮੇਰੇ ਨਾਲ। ਕੌਣ ਝਗੜਾ ਕਰਦਾ ਜੀ? ਤੇ ਅੱਜ ਕਾਹਤੋਂ ਇਹਨਾਂ ਨੇ ਘਰੋਂ ਕੱਢਤਾ ਸੀ ਤੁਹਾਨੂੰ? ਅੱਜ ਵੀ ਲੜਦਾ ਮੇਰੇ ਨਾਲ, ਰੋਟੀ ਖਾਣ ਲੱਗਾ, ਗਾਣਾ ਕੱਢਦਾ, ਭੰਗੜੇ ਪਾਉਂਦਾ। ਮੈਨੂੰ ਕੱਲ੍ਹ ਪਰਸੋਂ ਕੱਲ੍ਹ ਕੁੱਟਿਆ ਸਵੇਰੇ, ਆ ਦੇਖੋ ਅੰਨੀ ਨੂੰ ਮੂੰਹ ਹੋਇਆ। ਜੋ ਦੇਖਦਾ ਉਹੀ ਮਾਰਦਾ, ਪਤਾ ਨਹੀਂ ਕੀ ਖਾਂਦਾ। ਕੋਈ ਨਸ਼ੇ ਨਸ਼ੇ ਕਰਦਾ ਹੈਗਾ ਜੀ? ਪਤਾ ਨਹੀਂ, ਇਹ ਨਹੀਂ ਪਤਾ ਨਸ਼ੇ ਕਰਦਾ ਕਿ ਸ਼ਰਾਬ ਪੀਂਦਾ। ਮਾਮਲਾ ਇੱਦਾਂ ਜੀ, ਸਾਨੂੰ ਕੰਟਰੋਲ ਤੋਂ ਮੈਸੇਜ ਆਇਆ ਸੀ ਵੀ ਦੋ ਬਜ਼ੁਰਗ ਹੈ ਜੋ ਲੇਡੀਜ਼ ਹਨ, ਜੈਂਟ ਜਿਹੜੇ ਇਹਨਾਂ ਨੂੰ ਘਰੋਂ ਬਾਹਰ ਜਿਹੜਾ ਲੜਕੇ ਨਾਲ ਕੁੱਟਮਾਰ ਕਰਕੇ ਕੱਢਤਾ। ਜੋ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਘਰ ਪਹੁੰਚੇ ਹਾਂ, ਅਤੇ ਜੋ ਲੜਕਾ ਜਿਹੜਾ ਪੁਲਿਸ ਨੂੰ ਦੇਖ ਕੇ ਪਹਿਲਾਂ ਹੀ ਘਰੋਂ ਜਿਹੜਾ ਛਾਲ ਮਾਰ ਕੇ ਪਿੱਛੇ ਟੱਪ ਕੇ ਭੱਜ ਗਿਆ, ਅਤੇ ਜੋ ਇਹਨਾਂ ਕੋਲ ਅਸੀਂ ਲਿਖਤੀ ਦਰਖਾਸਤ ਲੈ ਲਈ ਆ ਬੰਦ ਦੀ ਕਾਰਵਾਈ, ਜਿਹੜੇ ਇਹਦੇ ਲੜਕੇ ਨਾਲ ਕੁੱਟਮਾਰ ਕੀਤੀ ਆਪਣੇ ਮਾਤਾ ਪਿਤਾ ਨਾਲ, ਉਹਨਾਂ ਦੇ ਖਿਲਾਫ਼ ਬੰਦੀ ਕਾਰਵਾਈ ਕੀਤੀ ਜਾਊਗੀ। ਦਰਖਾਸਤ ਲੈ ਕੇ ਇਹਨਾਂ ਨੂੰ ਅਸੀਂ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤੀ ਆ। ਬੰਦੀ ਕਾਰਵਾਈ ਇਹਦੇ ਲੜਕੇ ਦੇ ਖਿਲਾਫ਼ ਸਵੇਰੇ ਅਮਲ ਚੱਲੇ ਆ। ਤਾਂ ਭਾਅ ਜੀ ਕਿੱਥੇ ਦੇ ਰਹਿਣ ਵਾਲੇ ਹੈਗੇ ਜੀ? ਇਹ ਬਿਨੇਨਗਰ ਦੀ ਦਰਖਾਸਤ ਸੀ ਜੀ, ਬਿਨੇਨਗਰ ਦੇ ਰਹਿਣ ਵਾਲੇ, ਥਾਣਾ ਰਾਮਾ ਮੰਡੀ ਦਾ ਏਰੀਆ। ਅਤੇ ਕੁੱਟਮਾਰ ਕਰਕੇ ਕਿੱਥੇ ਇਹਨਾਂ ਨੂੰ ਕੱਢਿਆ ਸੀਗਾ ਜੀ? ਕਿੱਥੇ ਤੁਹਾਨੂੰ ਮਿਲੇ ਸੀ? ਸਾਨੂੰ ਮਿਲੇ ਪੁਕਾਰ ਨਗਰ ਕਾਲੀ ਸੜਕ 'ਤੇ, ਉੱਥੋਂ ਇਹ ਪੈਦਲ ਜਾ ਰਹੇ ਸੀ ਥਾਣੇ ਦਰਖਾਸਤ ਦੇਣ। ਉਹ ਕੰਟਰੋਲ ਤੋਂ ਮੈਸੇਜ ਆਇਆ ਅਤੇ ਸਾਨੂੰ ਥਾਣੇ ਇਹ ਵੀ ਅਸੀਂ ਮੌਕੇ 'ਤੇ ਫਿਰ ਕਾਲੀ ਸੜਕ 'ਤੇ ਹੀ ਮਿਲ ਗਏ ਜੀ। ਅਤੇ ਭਾਅ ਜੀ ਮੁੰਡਾ ਕੋਈ ਨਸ਼ੇ ਦਾ ਆਦੀ ਤਾਂ ਨਹੀਂ ਹੈਗਾ ਇਹਨਾਂ ਦਾ? ਮੁੰਡਾ ਦੱਸਦੇ ਕਹਿੰਦੇ ਨਸ਼ੇ ਮੱਤੇ ਦਾ ਵੀ ਆਦੀ ਆ, ਅਤੇ ਕਾਫੀ ਚਿਰ ਤੋਂ ਇਹਨਾਂ ਤੰਗ ਪਰੇਸ਼ਾਨ ਕਰਦਾ, ਕੁੱਤਾ ਮਰਦਾ, ਇਹਨਾਂ ਦੇ ਕਹਿਣੇ ਘਰ ਤੋਂ ਬਾਹਰ ਜੋ ਇਹਨਾਂ ਕੋਲ ਲਖੀਸਤੀ ਦਸਤਾਰ ਲੈ ਲਈ ਇਹਨਾਂ ਦੇ ਖਿਲਾਫ਼ ਬਣਦੀ। ਫੇਸ ਮਾਸਕ ਮੈਨੂਫੈਕਚਰਰ factory capacity 500,000 mask per day, 2 and 3 ply disposable face mask, 3 ply disposable face mask with nose wire, RN95 respirator face mask, adjustable nose piece for ultimate comfort. For bulk order and more information www.risley.org.